ਪੰਜਾਬ ਦੀ ਅਤਿ ਸੁਰੱਖਿਅਤ ਜੇਲ੍ਹਾਂ 'ਚੋਂ ਇੱਕ ਜਾਣੀ ਜਾਂਦੀ ਨਾਭਾ ਮੈਕਸੀਮਮ ਸਿਕਿਉਰਿਟੀ ਜੇਲ੍ਹ ਵਿੱਚ ਤਲਾਸ਼ੀ ਦੌਰਾਨ ਬੈਰਕ ਨੰਬਰ 2 ਵਿੱਚੋਂ 2 ਮੋਬਾਈਲ ਬਰਾਮਦ ਕੀਤੇ ਗਏ। ਇਸ ਦੀ ਇਤਲਾਹ ਜੇਲ੍ਹ ਪ੍ਰਸ਼ਾਸਨ ਨੇ ਨਾਭਾ ਕੁਤਵਾਲੀ ਨੂੰ ਭੇਜ ਦਿੱਤੀ ਹੈ। ਪੁਲਿਸ ਨੇ ਮੋਬਾਈਲਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਮਾਮਲਾ ਵੀ ਦਰਜ ਕਰ ਲਿੱਤਾ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਦੀ ਸਭ ਤੋਂ ਹਾਈ ਸਿਕਿਉਰਿਟੀ ਜੇਲ੍ਹਾਂ ਵਿੱਚੋਂ ਇੱਕ ਜੇਲ੍ਹ ਹੈ ਨਾਭਾ ਦੀ ਜੇਲ੍ਹ। ਇਸ ਜੇਲ੍ਹ ਵਿੱਚ ਸੂਈ ਵੀ ਨਹੀਂ ਜਾ ਸਕਦੀ, ਪਰ ਮੋਬਾਈਲ ਕਿਵੇਂ ਚਲੇ ਗਏ? ਇਹ ਜੇਲ੍ਹ ਪ੍ਰਸ਼ਾਸਨ ਦੇ ਸਵਾਲੀਆ ਨਿਸ਼ਾਨ ਲੱਗ ਜਾਂਦੇ ਆ। ਇਸ ਗੱਲ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਜੇਲ੍ਹ ਪ੍ਰਸ਼ਾਸਨ ਦੀ ਮਿਲੀ ਭੁਗਤ ਤੋਂ ਬਿਨਾਂ ਕੋਈ ਵੀ ਚੀਜ਼ ਅੰਦਰ ਜਾਣੀ ਅਸੰਭਵ ਹੈ, ਅਤੇ ਜੋ ਮੋਬਾਈਲ ਅੰਦਰ ਗਏ ਹਨ ਇਹ ਮਿਲੀ ਭੁਗਤ ਦੇ ਨਾਲ ਹੀ ਅੰਦਰ ਗਏ ਹਨ। ਸਿਕਿਉਰਿਟੀ ਜੇਲ੍ਹ ਨਾਭਾ ਦੇ ਸੁਪਰਡੈਂਟ ਕੋਲ ਪੱਤਰ ਮਸੂਲ ਹੋਇਆ ਸੀ, ਜਿਹੜੇ ਕਿ ਪੱਤਰ 'ਚ ਉਹਨਾਂ ਨੇ ਲਿਖਿਆ ਸੀ ਵੀ ਦੌਰਾਨੇ ਤਲਾਸ਼ੀ ਬੈਰਕ ਨੰਬਰ 2 ਵਿੱਚ 2 ਲਵਾਰ ਸਮਾਰਟਫੋਨ ਮਿਲੇ ਨੇ, ਜਿਹੜੀ ਲੈਟਰ ਦੇ ਬਿਹਾਵ 'ਤੇ ਮੁਕੱਦਮਾ ਨੰਬਰ 8 ਡੇਟਡ 27/1/2020 ਦਰਜ ਕਰਕੇ ਜਿਹੜੇ ਦੋਨੇ ਫੋਨ ਨੇ ਉਹਨਾਂ ਨੂੰ ਕਬਜ਼ਾ ਪੁਲਿਸ ਵਿੱਚ ਲੈ ਲਿਆ। FIR ਦਰਜ ਕੀਤੀ ਗਈ ਹੈ ਫੋਨ ਤੋਂ ਅਤੇ ਲੈਟਰ ਅਤੇ FIR ਤੋਂ ਜਿਹੜੀ ਅਗਲੀ ਤਫਤੀਸ਼ ਕੀਤੀ ਜਾ ਰਹੀ ਹੈ। ਨਹੀਂ ਨਹੀਂ ਦੋਨੇ ਜਿਹੜੇ ਫਿਲਹਾਲ ਜਿਹੜੇ ਦੋਨੇ ਫੋਨ ਲਵਾਰਸ ਮਿਲੇ ਨੇ, ਨਾ ਮਲੂਮ ਵਿਅਕਤੀਆਂ ਦੇ ਖਿਲਾਫ਼ ਪਰਚਾ ਦਰਜ ਕੀਤਾ, ਜਿਹੜੀ ਤਫਤੀਸ਼ ਕਰਕੇ ਜਿਹੜੇ ਅਸਲ ਦੋਸ਼ੀ ਆ ਉਹਨਾਂ ਨੂੰ ਨਾਮਜ਼ਦ ਕਰਕੇ ਚਲਾਨ ਪੇਸ਼ ਕੀਤਾ ਦਰਜ ਕੀਤਾ। ਨਾਭਾ ਤੋਂ ਸੁਖਚੈਨ ਸਿੰਘ, ਜੀਵੇ ਪੰਜਾਬ TV।